ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਹਾਂਜੀ ਅੱਜ ਦੀ ਤਾਜ਼ਾ ਖਬਰ ਆਪ ਸਭ ਨਾਲ ਡਿਸਕਸ ਕਰਾਂਗੇ ਸੋ ਸੇਵਾਮੁਕਤ ਕਰਮਚਾਰੀਆਂ ਤੇ ਮੁਲਾਜ਼ਮਾਂ ਨਾਲ ਸੰਬੰਧਿਤ ਅੱਜ ਦੀ ਇਸ ਨਿਊਜ਼ ਨੂੰ ਡਿਸਕਸ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜੀ ਰਿਕਵੈਸਟ ਕਰਦੀਆਂ ਜਿਨ੍ਹਾਂ ਨੇ ਹਾਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰੈੱਡ ਬਟਨ ਕਲਿੱਕ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਜੋ ਤੁਹਾਨੂੰ ਹਰ ਰੋਜ਼ ਦੀਆਂ ਤਾਜ਼ਾ ਖਬਰਾਂ ਸਾਡੇ ਚੈਨਲ ਤੋਂ ਪ੍ਰਾਪਤ ਹੋ ਸਕਣ ਤੇ ਜਿਨ੍ਹਾਂ ਨੇ ਫਸਟ ਟਾਈਮ ਇਸ ਚੈਨਲ ਨੂੰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਤੁਹਾਨੂੰ ਵੀ ਇੱਕ ਰਿਕਵੈਸਟ ਹੈ ਤੁਸੀਂ ਵੀ ਇਸ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ اہم ਖਬਰ ਪੰਜਾਬ ਦੇ ਸੇ ਸੇਵਾਮੁਕਤ ਸਿਵਲ ਤੇ ਪੁਲਿਸ ਅਧਿਕਾਰੀਆਂ ਸਮੇਤ ਸਾਬਕਾ ਫੌਜੀ ਆਪਸਰਾਨੀ ਰਵਾਇਤੀ 86 ਧਿਰਾਂ ਦੇ ਵਿਰੋਧ ਦਾ ਸੱਦਾ ਦਿੰਦੇ ਆ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨੂੰ ਸੰਯੁਕਤ ਸਮਾਜ ਮੋਰਚੇ ਦੀ ਅਗਵਾਈ ਹੇਠ ਚੋਣਾਂ ਲੜ ਰਹੇ ਉਮੀਦਵਾਰਾਂ ਦੀ ਹਮਾਇਤ ਕਰਨ ਦੀ ਅਪੀਲ ਕੀਤੀ। ਸੇਵਾਮੁਕਤ ਆਈ.ਐਸ. ਅਧਿਕਾਰੀ ਐਮ.ਐਸ.ਚੈਲਸ ਵਰਨ ਸਿੰਘ ਬੋਪਾ ਰਾਏ, ਜੇ.ਐਸ. ਕੇਸਰ ਸਾਬਕਾ ਆਈ.ਪੀ.ਐਸ. ਅਧਿਕਾਰੀ ਜੀ.ਐਸ. ਪਦੇਰ ਸਾਬਕਾ ਆਈ.ਏ.ਐਸ. ਅਧਿਕਾਰੀ ਕੁਲਬੀਰ ਸਿੰਘ ਸਿੱਧੂ ਬ੍ਰਿਗੇਡੀਅਰ ਹਰਵੰਦ ਸਿੰਘ ਕਰਨਲ ਹਰਕੀਰਤ ਸਿੰਘ ਸਾਬ ਦਾ ਆਈ ਆਰਬੀ ਅਫਸਰ ਵਿਕ੍ਰਮ ਬਾਜਵਾਤੇ ਸਾਬ ਦਾ ਆਪਕਾਰੀ ਤੇ ਕਰ ਅਫਸਰ ਜਰਨੈਲ ਸਿੰਘ ਨੇ ਇੱਥੇ ਇੱਕ ਮੀਟਿੰਗ ਤੋਂ ਬਾਅਦ ਕਿਹਾ ਕਿ ਸੂਬੇ ਨੂੰ ਲੁੱਟਣ ਵਾਲੇ ਸਿਆਸਦਾਨਾਂ ਤੋਂ ਬਚਾਉਣ ਲਈ ਸੰਯੁਕਤ ਸਮਾਜ ਮੋਰਚੇ ਦੇ ਸਮਰਥ ਵਿੱਚ ਔਨ ਸਮੇਂ ਦੀ ਲੋੜ ਹੈ ਸੋ ਇਹ ਖਬਰ ਸੀ ਜੀ ਪੰਜਾਬ ਦੇ ਸੇਵਾਮੁਕਤ ਪੁਲਿਸ ਅਧਿਕਾਰੀਆਂ ਨਾਲ ਸੋ ਨੈਕਸਟ ਖਬਰ ਦੇਖਦੇ ਹਾਂ ਜੀ ਅਗਲੀ ਖਬਰ ਹੈ ਜੀ ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨ ਸਾਂਝਾ ਫਰੰਟ ਵੱਲੋਂ ਮੁੱਖ ਮੰਤਰੀ ਤੇ ਅਰਿੰਦ ਸਿੰਘ ਚੰਨੀ ਦੇ ਦੋਵੇਂ ਵਿਧਾਨ ਸਭਾ ਹਲਕਿਆਂ ਭਦੌੜ ਅਤੇ ਚਮਕੌਰ ਸਾਹਿਬ ਵਿੱਚ ਵਿਸ਼ਾਲ ਝੰਡਾ ਮਾਰਚ ਕਰਨ ਅਤੇ ਲੋਕਾਂ ਨੂੰ ਕਾਂਗਰਸ ਦੇ ਖਿਲਾਫ ਵੋਟਾਂ ਪਾਉਣ ਦੀ ਅਪੀਲ ਕਰਨ ਦਾ ਐਲਾਨ ਕੀਤਾ ਗਿਆ ਫਰੰਟ ਦੇ ਕਨਵੀਨੀਅਨ ਤੇ ਫਾਊਂਡੇਸ਼ਨ ਦੇ ਸੂਬਾ ਪ੍ਰਧਾਨ ਸ਼ਤੀਸ਼ ਰਾਣਾ ਜਰਨਲਸ ਕਤਰ ਤੀਰ ਸਿੰਘ 바ਸੀ ਨੇ ਦੱਸਿਆ ਕਿ 17 ਫਰਵਰੀ ਨੂੰ ਹਲਕਾ ਭਦੌੜ ਤੇ 18 ਫਰਵਰੀ ਨੂੰ ਹਲਕਾ ਚਮਕੌਰ ਸਾਹਿਬ ਵਿੱਚ ਝੰਡਾ ਮਾਰਚ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਨੇ ਵੱਡੇ ਵੱਡੇ ਐਲਾਨ ਕੀਤੇ ਹਨ ਜਿਸ ਨਾਲ ਹਰ ਵਰਗ ਨੂੰ ਉਮੀਦ ਵੱਜੀ ਸੀ ਕਿ ਰਾਹਤ ਮਿਲੇਗੀ। ਸੋ ਇਹ ਸੀ ਜੀ ਪੰਜਾਬ ਬਿਊਟੀ ਮੁਲਾਜ਼ਮ ਤੇ ਪੈਨਸ਼ਨ ਦੇ ਨਾਲ ਸੰਬੰਧਿਤ ਖਬਰ ਕਿਉਂਕਿ ਉਹਨਾਂ ਨੇ ਵੀ ਹੁਣ ਇਹ ਫੈਸਲਾ ਕੀਤਾ ਹੈ ਵੀ ਉਹ ਵੱਦ ਤੋਂ ਵੱਦ ਮਾਰਚ ਕਰਨਗੇ, ਰੋਜ਼ ਮਾਰਚ ਕਰਨਗੇ ਤੇ ਉਹਨਾਂ ਮੰਤਰੀਆਂ ਦੇ ਖਿਲਾਫ ਜਿਨ੍ਹਾਂ ਨੇ ਉਹਨਾਂ ਨੂੰ ਇੱਕ ਲਾਰਾ ਲਾਈ ਰੱਖਿਆ ਤੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਿਨ੍ਹਾਂ ਵਿੱਚ ਪੰਜਾਬ ਯੂਨੀਟ ਮਲਾਜ਼ਮ ਤੇ ਪੈਨਸ਼ਨਰਸ ਸਾਂਝਾ ਫਰੰਟ ਦੇ ਮਲਾਜ਼ਮ ਸ਼ਾਮਲ ਹਨ ਸੋ ਇਹ ਸੀ ਅੱਜ ਦੀਆਂ ਤਾਜ਼ਾ ਖਬਰਾਂ ਸੋ ਹਰ ਰੋਜ਼ ਦੀਆਂ ਤਾਜ਼ਾ ਤੇ ਅਹਿਮ ਖਬਰਾਂ ਪ੍ਰਾਪਤ ਕਰਨ ਲਈ ਜੁੜੇ ਰਹੋ ਜੀ ਨੇ ਸਟੱਡੀ ਹੱਬ ਚੈਨਲ ਦੇ ਨਾਲ ਤੇ ਇਸ ਨੂੰ ਰੈੱਡ ਬਟਨ ਕਲਿੱਕ ਕਰਕੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਵੀ ਜ਼ਰੂਰ ਕਲਿੱਕ ਕਰ ਲਓ ਤਾਂ ਜੋ ਤੁਹਾਨੂੰ ਸਾਰੇ ਨੋਟੀਫਿਕੇਸ਼ਨ ਤੁਰੰਤ ਹੀ ਪ੍ਰਾਪਤ ਹੋ ਸਕਣ ਸੋ ਧੰਨਵਾਦ ਜੀ